ਸਾਡੇ ਇੱਥੇ ਅੱਜ ਚੌਥਾ ਦਿਨ ਚੱਲ ਰਿਹਾ ਰੇਡ ਹੋ ਰਹੀ ਹੈ। ਸਾਡੇ ਜਿਹੜੇ ਅਕਾਊਂਟੈਂਟਾਂ ਨੇ ਉਹਨਾਂ ਦੇ ਘਰੇ ਰੇਡ ਹੋਈ ਹੈ। 4 ਦਿਨ ਤੋਂ ਇਹਨਾਂ ਨੂੰ ਬੈਠੇ, ਜੋ ਰਿਕਾਰਡ ਇਹਨਾਂ ਨੇ ਇਕੱਠਾ ਕਰਨਾ ਸੀ ਸਾਡੇ ਅਕੋਰਡਿੰਗਲੀ ਉਹ ਕਰ ਚੁੱਕੇ ਨੇ, ਬਟ ਇਹ ਹਜੇ ਤੱਕ ਰਿਲੀਜ਼ ਨਹੀਂ ਕਰ ਰਹੇ। ਸਾਡਾ ਜਿਹੜਾ ਸਟਾਫ ਹੈ, ਜਿਹੜੇ ਸਾਡੇ ਇਹਨਾਂ ਦੇ ਰੋਇਲ ਐਸਟੇਟ ਦੇ ਚੇਅਰਮੈਨ ਨੇ ਰੌਕੀ ਜੀ ਨੇ, ਨੀਰਜ ਜੀ ਨੇ, ਉਹਨਾਂ ਨਾਲ ਧੱਕਾ ਹੋ ਰਿਹਾ ਜੀ। ਅੰਡਰ ਪ੍ਰੈਸ਼ਰ ਕਰਕੇ ਉਹਨਾਂ ਨੂੰ ਗਲਤ ਜਾਲੀ ਕਾਗਜ਼ਾਂ ਦੇ ਦਸਤਾਵੇਜ਼ ਤੇ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਲੇਡੀ ਸਟਾਫ ਹੈ ਜਿਹਨੂੰ ਉਹਨੂੰ ਵੀ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ ਜੀ। ਇਹ ਗੱਲ ਸਰ ਕਿੱਦਾਂ ਸਾਹਮਣੇ ਆਈ ਵੀ ਗਲਤ ਦਸਤਾਵੇਜ਼ ਤੇ ਸਾਈਨ ਕਰਾ ਰਹੇ? ਅੰਡਰ ਪ੍ਰੈਸ਼ਰ ਕਰ ਰਹੇ ਨੇ ਜੀ, ਕੁੱਟਮਾਰ ਹੋਈ ਹੈ ਜੀ। ਸਾਡੇ ਇੱਕ ਮੁਲਾਜ਼ਮ ਨੇ ਅੰਦਰੋਂ ਸਾਨੂੰ ਇੰਟਰੈਕਟ ਵੀ ਨਾਲ ਉਹਦੀ ਇਨਫੋਰਮੇਸ਼ਨ ਮਿਲੀ ਹੈ। ਕਿਹਦੀ ਕੁੱਟਮਾਰ ਹੋਈ? ਅਕਾਊਂਟੈਂਟ ਹੈ ਸਾਡਾ ਅਜੇ ਜੀ, ਉਹਦੀ ਕੁੱਟਮਾਰ ਹੋਈ ਹੈ। ਉਹ ਕੀ ਕਹਿ ਕੀ ਉਹਦੇ ਕਹਿ ਕੀ ਰਹੇ ਆ ਉਹਨੂੰ? ਉਹਨੂੰ ਸਰ ਜਿਹੜੇ ਉਹ ਕੁਐਸਚਨ ਪੁੱਟ ਕਰਦੇ ਨੇ ਜੀ, ਜਦੋਂ ਜਿਹੜੀ ਕੋਈ ਗੱਲ ਦੱਸਦਾ ਤਾਂ ਉਹਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਅਕੋਰਡਿੰਗਲੀ ਕੁਐਸਚਨ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਉਹਨਾਂ ਦੇ ਘਰ ਵੀ ਗਏ? ਹਾਂਜੀ, ਉਹਨਾਂ ਦੇ ਘਰੇ ਵੀ ਗਏ। ਸਾਡੇ ਇੱਕ ਹੋਰ ਅਕਾਊਂਟੈਂਟ ਹੈ ਵਿਕਾਸ ਗੁਪਤਾ ਜੀ, ਉਹਨਾਂ ਦੇ ਘਰੇ ਵੀ ਗਏ। ਇੱਕ ਸਾਡੀ ਕੁੜੀ ਹੈ ਆਂਚਲ, ਉਹਦੇ ਘਰੇ ਵੀ ਗਏ ਜੀ। ਕਿੰਨੀ ਲੋਕੇਸ਼ਨਸ ਤੇ ਚੱਲ ਰਹੀ ਹੈ ਕਾਰਵਾਈ ਤੁਹਾਡੇ ਅੰਦਾਜ਼ੇ? ਸਾਡੇ ਅਕੋਰਡਿੰਗਲੀ ਜਿਹੜੀ ਸਾਡੇ ਗਰੁੱਪ ਦੇ ਆਲਮੋਸਟ 10 ਲੋਕੇਸ਼ਨਾਂ ਦੇ ਰੇਡ ਚੱਲ ਰਹੀ ਹੈ, ਜਿਹਦੇ ਵਿੱਚੋਂ ਕੁਝ ਇਹਨਾਂ ਨੇ ਛੱਡ ਦਿੱਤੀਆਂ ਪਰ ਬਾਕੀ ਹਜੇ ਕੁਝ ਪੈਂਡਿੰਗ ਨੇ। ਰੇਡ ਕੌਣ ਕਰ ਰਿਹਾ, ਕਿਹਨਾਂ ਨੇ ਕੁੱਟਿਆ ਹੈ? ਆਈਟੀ ਡਿਪਾਰਟਮੈਂਟ, ਆਈਟੀ ਡਿਪਾਰਟਮੈਂਟ ਨਾਲ ਸ਼ਾਇਦ ਮੇਬੀ ਪੀਐਸਐਫ ਵਾਲੇ ਜਾਂ ਜੋ ਵੀ ਨੇ ਉਹ ਨੇ। ਕੋਈ ਕੈਸ਼ ਵੀ ਬਰਾਮਦ ਹੋਣ ਦੀ ਖਬਰ ਪਤਾ ਲੱਗੀ ਕੋਈ? ਸਾਨੂੰ ਸਰ ਉਹਦੀ ਕੋਈ ਇਨਫੋਰਮੇਸ਼ਨ ਨਹੀਂ, ਸਾਡਾ ਕਿਸੇ ਬੰਦੇ ਦਾ ਕੋਈ ਕੰਟੈਕਟ ਨਹੀਂ ਹੋ ਰਿਹਾ। ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਬਾਹਰੋਂ ਕਲੈਕਟ ਹੋ ਰਹੀ ਹੈ, ਅਸੀਂ ਉਹਦੇ ਅਕੋਰਡਿੰਗਲੀ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਕਿ ਤੁਸੀਂ ਕੋਈ ਇਸ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਸਾਡੇ ਬੰਦੇ ਕੁੱਟੇ ਗਏ? ਲੋਕਲ ਪੁਲਿਸ ਨੂੰ ਤੁਸੀਂ? ਨਹੀਂ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਮਾਰਕੀਟ ਆਈ ਹੋਈ ਹੈ ਤੇ ਉਹ ਮਾਰਕੀਟ ਆਈ ਦੀ ਸ਼ਿਕਾਇਤ ਨਹੀਂ ਕੀਤੀ? ਨਹੀਂ, ਹਜੇ ਕੋਈ ਸ਼ਿਕਾਇਤ ਨਹੀਂ ਕੀਤੀ ਜੀ। ਉਹ ਕਹਿੰਦੇ ਨੇ ਰਾਈਟਸ ਨੇ, ਬਿਕੋਜ਼ ਸਾਡਾ ਜਦ ਤੱਕ ਆਪ ਹੀ ਜਿਹੜੇ ਬੰਦੇ ਨਾਲ ਮਾਰਕੁੱਟ ਹੋਈ ਹੈ, ਜਦ ਤੱਕ ਉਹ ਆਪ ਹੀ ਨਹੀਂ ਸਾਹਮਣੇ ਆਉਂਦਾ, ਅਸੀਂ ਉਹਦੀ ਕੰਪਲੇਂਟ ਵੀ ਕਿਵੇਂ ਕਰ ਸਕਦੇ ਹਾਂ? ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਦੀ ਮਾਰਕੀਟ ਆਈ ਹੋਈ ਹੈ? ਸਾਡੇ ਇੱਕ ਕੋਈ ਬੰਦਾ ਅਸੀਂ ਵਿੱਚ ਸੀਗਾ ਜਿਹਦੇ ਕੋਲ, ਜਿਹਦੇ ਨਾਲ ਅਸੀਂ ਕੰਟੈਕਟ ਕਰ ਪਏ, ਉਹਨੇ ਸਾਨੂੰ ਦੱਸਿਆ ਇਹ ਜਿਹੜੀ ਮਾਰਕੀਟ ਆਈ ਹੋਈ ਹੈ, ਜਦੋਂ ਅਕਾਊਂਟੈਂਟ ਦੇ ਸਾਡੇ ਹੋਈ ਹੈ ਮਾਰਕੀਟ ਆਈ, ਉਹਦਾ ਘਰ ਰਿਲੀਜ਼ ਕਰਤਾ, ਬਾਅਦ ਚ ਉਹਦੇ ਘਰੋਂ ਸਾਨੂੰ ਇਹ ਗੱਲ ਪਤਾ ਲੱਗੀ। ਉਹਨੇ ਕੋਈ ਉਹਦਾ ਨਾ ਕੋਈ ਮੈਡੀਕਲ ਹੋਇਆ? ਨਹੀਂ, ਹਜੇ ਕੁਝ ਸਰ ਮੈਡੀਕਲ ਕਿਸੇ ਦਾ ਕੁਝ ਨਹੀਂ ਹੋਇਆ, ਨਾ ਕਿਸੇ ਬੰਦੇ ਨਾਲ ਕੋਈ ਬੰਦਾ ਕੰਟੈਕਟ ਦੇ ਵਿੱਚ ਹੈ। ਸਾਨੂੰ ਵੀ ਕਿਸੇ ਨੂੰ ਮਿਲਣ ਨਹੀਂ ਦਿੱਤੇ। ਸਾਡੇ ਐਡਵੋਕੇਟ ਗਏ ਸੀ ਫਜੇ, ਜਿੱਦਣ ਰੇਡ ਹੋਈ ਸੀਗੀ ਉਹਨਾਂ ਨੂੰ ਵੀ ਬਾਹਰੋਂ ਭੇਜ ਦਿੱਤਾ ਗਿਆ। ਉਹ ਮੀਡੀਆ ਦੇ ਵਿੱਚ ਆਲਰੇਡੀ ਉਹਨਾਂ ਨੇ ਉਹ ਕਵਰੇਜ ਕੀਤੀ ਹੋਈ ਹੈ ਤੁਹਾਡੀ। ਤੇ ਉਹਨਾਂ ਦਾ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਨੇ ਖਾਣਾ ਪਾਣੀ ਕਿਵੇਂ ਉਹਦਾ ਕੀ ਬੰਦੋਬਸਤ? ਸਾਨੂੰ ਕੁਝ ਨਹੀਂ ਪਤਾ, ਕੁਝ ਨਹੀਂ ਪਤਾ ਜੀ। ਜੋ ਖਾਣਾ ਤਾਂ ਚਲੋ ਘਰਾਂ ਦੇ ਵਿੱਚ ਹੁੰਦੇ ਹੀ ਆਲਰੇਡੀ ਜੀ, ਬਾਕੀ ਜਿਹੜਾ ਉਰੇ ਦਫ਼ਤਰ ਦਾ ਸਾਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਕੀ ਖਾਣ ਪੀਣ ਨੂੰ ਮਿਲ ਰਿਹਾ, ਕੀ ਹੋ ਰਿਹਾ, ਕੀ ਨਹੀਂ। ਸਾਡੇ ਇੱਥੇ ਅੱਜ ਚੌਥਾ ਦਿਨ ਚੱਲ ਰਿਹਾ ਰੇਡ ਹੋ ਰਹੀ ਹੈ। ਸਾਡੇ ਜਿਹੜੇ ਅਕਾਊਂਟੈਂਟਾਂ ਨੇ ਉਹਨਾਂ ਦੇ ਘਰੇ ਰੇਡ ਹੋਈ ਹੈ। 4 ਦਿਨ ਤੋਂ ਇਹਨਾਂ ਨੂੰ ਬੈਠੇ, ਜੋ ਰਿਕਾਰਡ ਇਹਨਾਂ ਨੇ ਇਕੱਠਾ ਕਰਨਾ ਸੀ ਸਾਡੇ ਅਕੋਰਡਿੰਗਲੀ ਉਹ ਕਰ ਚੁੱਕੇ ਨੇ, ਬਟ ਇਹ ਹਜੇ ਤੱਕ ਰਿਲੀਜ਼ ਨਹੀਂ ਕਰ ਰਹੇ। ਸਾਡਾ ਜਿਹੜਾ ਸਟਾਫ ਹੈ, ਜਿਹੜੇ ਸਾਡੇ ਇਹਨਾਂ ਦੇ ਰੋਇਲ ਐਸਟੇਟ ਦੇ ਚੇਅਰਮੈਨ ਨੇ ਰੌਕੀ ਜੀ ਨੇ, ਨੀਰਜ ਜੀ ਨੇ, ਉਹਨਾਂ ਨਾਲ ਧੱਕਾ ਹੋ ਰਿਹਾ ਜੀ। ਅੰਡਰ ਪ੍ਰੈਸ਼ਰ ਕਰਕੇ ਉਹਨਾਂ ਨੂੰ ਗਲਤ ਜਾਲੀ ਕਾਗਜ਼ਾਂ ਦੇ ਦਸਤਾਵੇਜ਼ ਤੇ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਲੇਡੀ ਸਟਾਫ ਹੈ ਜਿਹਨੂੰ ਉਹਨੂੰ ਵੀ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ ਜੀ। ਇਹ ਗੱਲ ਸਰ ਕਿੱਦਾਂ ਸਾਹਮਣੇ ਆਈ ਵੀ ਗਲਤ ਦਸਤਾਵੇਜ਼ ਤੇ ਸਾਈਨ ਕਰਾ ਰਹੇ? ਅੰਡਰ ਪ੍ਰੈਸ਼ਰ ਕਰ ਰਹੇ ਨੇ ਜੀ, ਕੁੱਟਮਾਰ ਹੋਈ ਹੈ ਜੀ। ਸਾਡੇ ਇੱਕ ਮੁਲਾਜ਼ਮ ਨੇ ਅੰਦਰੋਂ ਸਾਨੂੰ ਇੰਟਰੈਕਟ ਵੀ ਨਾਲ ਉਹਦੀ ਇਨਫੋਰਮੇਸ਼ਨ ਮਿਲੀ। ਕਿਹਦੀ ਕੁੱਟਮਾਰ ਹੋਈ? ਅਕਾਊਂਟੈਂਟ ਹੈ ਸਾਡਾ ਅਜੇ ਜੀ, ਉਹਦੀ ਕੁੱਟਮਾਰ ਹੋਈ ਹੈ। ਉਹ ਕੀ ਕਹਿ ਕੀ ਉਹਦੇ ਕਹਿ ਕੀ ਰਹੇ ਆ ਉਹਨੂੰ? ਉਹਨੂੰ ਸਰ ਜਿਹੜੇ ਉਹ ਕੁਐਸਚਨ ਪੁੱਟ ਕਰਦੇ ਨੇ ਜੀ, ਜਦੋਂ ਜਿਹੜੀ ਕੋਈ ਗੱਲ ਦੱਸਦਾ ਤਾਂ ਉਹਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਅਕੋਰਡਿੰਗਲੀ ਕੁਐਸਚਨ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਉਹਨਾਂ ਦੇ ਘਰ ਵੀ ਗਏ? ਹਾਂਜੀ, ਉਹਨਾਂ ਦੇ ਘਰੇ ਵੀ ਗਏ। ਸਾਡੇ ਇੱਕ ਹੋਰ ਅਕਾਊਂਟੈਂਟ ਹੈ ਵਿਕਾਸ ਗੁਪਤਾ ਜੀ, ਉਹਨਾਂ ਦੇ ਘਰੇ ਵੀ ਗਏ। ਇੱਕ ਸਾਡੀ ਕੁੜੀ ਹੈ ਆਂਚਲ, ਉਹਦੇ ਘਰੇ ਵੀ ਗਏ ਜੀ। ਕਿੰਨੀ ਲੋਕੇਸ਼ਨਸ ਤੇ ਚੱਲ ਰਹੀ ਹੈ ਕਾਰਵਾਈ ਤੁਹਾਡੇ ਅੰਦਾਜ਼ੇ? ਸਾਡੇ ਅਕੋਰਡਿੰਗਲੀ ਜਿਹੜੀ ਸਾਡੇ ਗਰੁੱਪ ਦੇ ਆਲਮੋਸਟ 10 ਲੋਕੇਸ਼ਨਾਂ ਦੇ ਰੇਡ ਚੱਲ ਰਹੀ ਹੈ, ਜਿਹਦੇ ਵਿੱਚੋਂ ਕੁਝ ਇਹਨਾਂ ਨੇ ਛੱਡ ਦਿੱਤੀਆਂ ਪਰ ਬਾਕੀ ਹਜੇ ਕੁਝ ਪੈਂਡਿੰਗ ਨੇ। ਰੇਡ ਕੌਣ ਕਰ ਰਿਹਾ, ਕਿਹਨਾਂ ਨੇ ਕੁੱਟਿਆ ਹੈ? ਆਈਟੀ ਡਿਪਾਰਟਮੈਂਟ, ਆਈਟੀ ਡਿਪਾਰਟਮੈਂਟ ਨਾਲ ਸ਼ਾਇਦ ਮੇਬੀ ਪੀਐਸਐਫ ਵਾਲੇ ਜਾਂ ਜੋ ਵੀ ਨੇ ਉਹ ਨੇ। ਕੋਈ ਕੈਸ਼ ਵੀ ਬਰਾਮਦ ਹੋਣ ਦੀ ਖਬਰ ਪਤਾ ਲੱਗੀ ਕੋਈ? ਸਾਨੂੰ ਸਰ ਉਹਦੀ ਕੋਈ ਇਨਫੋਰਮੇਸ਼ਨ ਨਹੀਂ, ਸਾਡਾ ਕਿਸੇ ਬੰਦੇ ਦਾ ਕੋਈ ਕੰਟੈਕਟ ਨਹੀਂ ਹੋ ਰਿਹਾ। ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਬਾਹਰੋਂ ਕਲੈਕਟ ਹੋ ਰਹੀ ਹੈ, ਅਸੀਂ ਉਹਦੇ ਅਕੋਰਡਿੰਗਲੀ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਕਿ ਤੁਸੀਂ ਕੋਈ ਇਸ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਸਾਡੇ ਬੰਦੇ ਕੁੱਟੇ ਗਏ? ਲੋਕਲ ਪੁਲਿਸ ਨੂੰ ਤੁਸੀਂ? ਨਹੀਂ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਮਾਰਕੀਟ ਆਈ ਹੋਈ ਹੈ ਤੇ ਉਹ ਮਾਰਕੀਟ ਆਈ ਦੀ ਸ਼ਿਕਾਇਤ ਨਹੀਂ ਕੀਤੀ? ਨਹੀਂ, ਹਜੇ ਕੋਈ ਸ਼ਿਕਾਇਤ ਨਹੀਂ ਕੀਤੀ ਜੀ। ਉਹ ਕਹਿੰਦੇ ਨੇ ਰਾਈਟਸ ਨੇ, ਬਿਕੋਜ਼ ਸਾਡਾ ਜਦ ਤੱਕ ਆਪ ਹੀ ਜਿਹੜੇ ਬੰਦੇ ਨਾਲ ਮਾਰਕੁੱਟ ਹੋਈ ਹੈ, ਜਦ ਤੱਕ ਉਹ ਆਪ ਹੀ ਨਹੀਂ ਸਾਹਮਣੇ ਆਉਂਦਾ, ਅਸੀਂ ਉਹਦੀ ਕੰਪਲੇਂਟ ਵੀ ਕਿਵੇਂ ਕਰ ਸਕਦੇ ਹਾਂ? ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਦੀ ਮਾਰਕੀਟ ਆਈ ਹੋਈ ਹੈ? ਸਾਡੇ ਇੱਕ ਕੋਈ ਬੰਦਾ ਅਸੀਂ ਵਿੱਚ ਸੀਗਾ ਜਿਹਦੇ ਕੋਲ, ਜਿਹਦੇ ਨਾਲ ਅਸੀਂ ਕੰਟੈਕਟ ਕਰ ਪਏ, ਉਹਨੇ ਸਾਨੂੰ ਦੱਸਿਆ ਇਹ ਜਿਹੜੀ ਮਾਰਕੀਟ ਆਈ ਹੋਈ ਹੈ, ਜਦੋਂ ਇੱਕ ਅਕਾਊਂਟੈਂਟ ਦੇ ਸਾਡੇ